ਤੂੰ ਟੈਨਸ਼ਨ ਕਰ ਲੈਣਾ। ਫੋਨ ਲਾ ਯਾਰ, ਟਾਈਮ ਵੀ ਕਿੰਨਾ ਹੋ ਗਿਆ ਵਾ, ਲੇਟ ਹੋ ਗਿਆ ਕੰਮ। ਆ ਜਾਂਦਾ ਆਉਣਾ ਕਰੇ ਕੱਲ ਨੂੰ। ਸੱਚੀ ਦੱਸ ਬਿਲੇ ਪੁੱਤ ਇਸੇ ਕਰ ਦੇ। ਵੈਸੇ ਕੁਲਾ ਤੇ ਹੋ ਗਈ ਬਿਲੇ, ਤੇਰੀ ਸ਼ਿਕਾਇਤਾਂ ਬੜੀਆਂ ਆ ਰਹੀਆਂ। ਇੱਕ ਤਾਂ ਮਾੜੇ ਬੰਦਿਆਂ ਦੀ ਬਹਿਣੀ ਛੱਡਦੇ, ਅਤੇ ਦੂਜਾ ਗਲਤ ਕੰਮ ਛੱਡਦੇ। ਨਸ਼ੇ ਵਸ਼ੇ ਵਾਲਾ ਚੱਕਰ ਜਿਹੜਾ ਨਾ, ਇਹ ਠੀਕ ਨਹੀਂ ਗਾ। ਠੀਕ ਹੈ ਬਾਪੂ, ਜਿੱਦਾਂ ਤੁਸੀਂ ਕਹਿੰਦੇ ਮੈਂ ਕਰਦਾ। ਸਰਪੰਚ ਸਾਹਿਬ, ਤੁਹਾਨੂੰ ਇਸ ਕਰਕੇ ਨਹੀਂ ਵੋਟਾਂ ਪਾਈਆਂ ਕਿ ਸਾਨੂੰ ਸਮਝਾਓ, ਸਗੋਂ ਸਾਡਾ ਸਾਥ ਦਿਓ। ਇਹ ਸਾਰਾ ਕੁਛ ਤੇਰਾ ਕੁੱਤਾ ਕਰੇਗਾ। ਤੂੰ ਆਪ ਨਸ਼ੇ ਕਰਦਾ ਤੇ ਪਿੰਡ ਦੇ ਮੁੰਡਿਆਂ ਨੂੰ ਨਸ਼ਿਆਂ ਤੇ ਲਾਇਆ, ਸਮਝ ਗਿਆ? ਸਰਪੰਚਾ ਵੇਖ ਲਾਂਗਾ ਤੈਨੂੰ ਅਗਲੇ ਸਾਲ। ਕੀ ਮਤਲਬ? ਮਤਲਬ ਅਗਲੀਆਂ ਵੋਟਾਂ 'ਚ, ਸਰਪੰਚ ਦੀਆਂ ਵੋਟਾਂ 'ਚ ਵੇਖਾਂਗਾ ਤੈਨੂੰ। ਬਿਲੇ ਪੁੱਤ, ਮੈਂ ਪਿੰਡ ਦਾ ਸਰਪੰਚ ਹੀ ਨਹੀਂ, ਤੇਰੇ ਬਾਪ ਦਾ ਦੋਸਤ ਵੀ ਹਾਂ। ਉਸੇ ਨਾਤੇ ਸਮਝਾਉਣਾ, ਇਹਨਾਂ ਨਸ਼ਿਆਂ 'ਚ ਕੁਛ ਨਹੀਂ ਰੱਖਿਆ। ਠੀਕ ਹੈ ਬਾਪੂ ਜੀ, ਠੀਕ ਹੈ ਬਾਪੂ ਜੀ, ਜਿੱਦਾਂ ਤੁਸੀਂ। ਚੱਲ ਤੇਰੇ ਸਾਹਮਣੇ ਕਈ ਵਾਰ ਕਹਿ ਚੁੱਕਾ, ਹਰ ਵੇਲੇ ਨਾ ਕਰ ਦਿੰਦਾ। ਦੱਸ ਮੈਂ ਕੀ ਕਰਾਂ ਹੁਣ, ਆਉਂਦਾ ਨਾ ਹੁਣ, ਮੈਂ ਗੱਲ ਕਰਦਾ ਤੂੰ ਚੁੱਪ ਰਹੀ। ਤੈਨੂੰ ਕਿੰਨੀ ਵਾਰ ਤੇਰੇ ਵਿਆਹ ਬਾਰੇ ਕਹਿ ਚੁੱਕੇ ਆ, ਤੂੰ ਮੰਨਦਾ ਹੀ ਨਹੀਂ। ਹਰ ਵਾਰੀ ਨਾ ਕਰ ਦੇਣਾ, ਕਦੀ ਕਹਿ ਦੇਣਾ ਮੈਂ ਪੜ੍ਹਾਈ ਕਰਨੀ ਆ, ਜੇ ਪੜ੍ਹਾਈ ਕਰ ਲਈ ਆ ਫਿਰ ਤੂੰ ਕਦੀ ਕੋਈ ਬਹਾਨਾ ਲਾ ਦੇਣਾ, ਕੋਈ ਲਾਲਾ ਲਾ ਦੇਣਾ। ਵੇ ਕਿੰਨੇ ਰਿਸ਼ਤੇ ਆ ਗਏ ਮੁੜ ਗਏ, ਪਰ ਤੂੰ ਹਰ ਵਾਰੀ ਨਾ ਕਰ ਦਿੰਦਾ। ਪੁੱਤਰ ਵੇ ਤੇਰੀ ਉਮਰ ਵੀ ਨਾ ਹੁਣ ਬਥੇਰੀ ਹੋਣ ਡਈ ਆ। ਆਖੇ ਲੱਗ ਸਾਡਾ ਵੀ ਜੀ ਕਰਦਾ ਅਸੀਂ ਪੋਤਰੇ ਪੋਤਰੀਆਂ ਨਾਲ ਖੇਡੀਏ, ਵਿਆਹ ਕਰਵਾ ਲੈ ਤੇ ਘਰ ਨੂੰ ਸਾਂਭ। ਪੁੱਤ ਕੀ ਗੱਲ ਆ, ਜਦੋਂ ਵਿਆਹ ਦੀ ਗੱਲ ਕਰਦੇ ਆ ਤੂੰ ਪਰੇਸ਼ਾਨ ਹੋ ਜਾਂਦਾ ਵਾ। ਜੇ ਤੇਰੇ ਦਿਲ ਚ ਕੋਈ ਗੱਲ ਹੈਗੀ ਤੇ ਸਾਨੂੰ ਦੱਸ ਦੇ। ਨਹੀਂ ਬਾਪੂ ਜੀ, ਇਹੋ ਜਿਹੀ ਕੋਈ ਗੱਲ ਨੀ ਹੈਗੀ। ਬਾਕੀ ਮੇਰਾ ਵਿਆਹ ਦੀ ਗੱਲ ਨਾ ਕਰਿਆ ਕਰੋ, ਜਦੋਂ ਮੇਰਾ ਮਨ ਕਰੂਗਾ ਨਾ ਮੈਂ ਆਪੇ ਵਿਆਹ ਕਰਾ ਲਾਂਗਾ। ਕਸ਼ਮੀਰ ਕਿਹੜੇ, ਇਹ ਜਿਹੜੀ ਮੰਨਣਾ, ਚੱਲ ਛੱਡ ਖੜਾ। ਚੰਗਾ ਪੁੱਤ, ਤੇਰੀ ਮਰਜ਼ੀ ਆ, ਅਸੀਂ ਤਾਂ ਆਹ ਖਾ ਗਏ, ਹੁਣ ਅਗਾਂਹ ਤੇਰੀ ਮਰਜ਼ੀ ਆ, ਚੱਲ ਚੱਲੀਏ ਆਪਾਂ।
ਬਕਵਾਸ ਨਾ ਕਰ। ਤੇਰਾ ਦਿਮਾਗ ਹੀ ਪੁੱਠਾ ਹੋ ਗਿਆ ਵਾ, ਕੀ ਸਮਝ? ਜੋ ਤੂੰ ਸਮਝਦੀ ਆ ਨਾ, ਮੈਂ ਇਹੋ ਜਿਹਾ ਬੰਦਾ ਨਹੀਂ ਹੈਗਾ। ਇਹੋ ਜਿਹਾ ਬੰਦਾ ਨਹੀਂ ਹੈ, ਮੈਨੂੰ ਤਾਂ ਲੱਗਦਾ ਤੂੰ ਬੰਦਾ ਹੀ ਨਹੀਂ ਹੈ। ਤੇਰਾ ਦਿਮਾਗ ਖਰਾਬ ਹੋ ਗਿਆ ਤੇਰਾ, ਮੈਂ ਤੈਨੂੰ ਦੱਸਾਂ। ਸੋਚਣ ਦਿਆਂ ਯਾਰ, ਇਹਨੂੰ ਛੱਡ, ਚਲੋ ਕੋਈ ਹੋਰ ਜੁਗਾੜ ਲਾਉਣੇ ਆ। ਉਸਤਾਦ ਕਿਹੜਾ ਨਵਾਂ ਜੁਗਾੜ? ਕਿਹੜੀਆਂ ਸੋਚਾਂ ਚ ਖੋਇਆ ਵਾ, ਗੁਰੂਆਂ ਸਾਨੂੰ ਮਾਰਦੇ ਲੱਗਾ ਹਾਂ। ਤੁਹਾਨੂੰ ਮੈਂ ਕੀ ਮਾਰਨਾ ਯਾਰ, ਮੈਂ ਤਾਂ ਆਪ ਬਹੁਤ ਦੁਖੀ ਹਾਂ। ਤੂੰ ਕਿਹੜੀ ਗੱਲ ਤੋਂ ਦੁਖੀ, ਸਾਨੂੰ ਵੀ ਦੱਸਣਾ ਕੋਲ। ਤੁਹਾਨੂੰ ਮੈਂ ਕੀ ਦੱਸਾਂ ਯਾਰ, ਤੁਹਾਡੇ ਦੱਸਣ ਵਾਲੀ ਗੱਲ ਹੀ ਨਹੀਂ। ਉਸਤਾਦ ਇਹਨਾਂ ਨੂੰ ਪੁੱਛੋ ਇਹੋ ਜਿਹੀ ਕਿਹੜੀ ਗੱਲ ਆ ਜਿਹੜੀ ਆਪਾਂ ਨੂੰ ਦੱਸਣਾ ਨਹੀਂ ਚਾਹੁੰਦੇ। ਹਾਂ ਬਿੱਲਿਆ, ਇਹੋ ਜਿਹੀ ਕਿਹੜੀ ਗੱਲ ਆ ਜਿਹੜੀ ਤੂੰ ਦੱਸ ਨਹੀਂ ਸਕਦਾ? ਯਾਰ ਨਹੀਂ ਦੱਸਣ ਵਾਲੀ ਗੱਲ ਹੁੰਦੀ ਕਈ ਵਾਰ, ਮੈਂ ਨਹੀਂ ਦੱਸ ਸਕਦਾ ਆਪਣੀ ਗੱਲ। ਉਹ ਬਿੱਲਿਆ, ਦੱਸਣ ਵਾਲੀ ਗੱਲ ਨਹੀਂ ਕਿ ਜਾਂ ਦੱਸਣਾ ਨਹੀਂ ਚਾਹੁੰਦਾ? ਉਸਤਾਦ ਆਪਣੇ ਦੱਸਣ ਵਾਲੀ ਦਵਾਈ ਹੈਗੀ ਆ। ਸਹੀ ਗੱਲ ਹੀ, ਲੈ ਭਈ ਪਛੱਬਿਆ, ਤੂੰ ਕਰ ਤਿਆਰੀ। ਚਲੋ ਉਸਤਾਦ ਜੀ, ਤਿਆਰੀ ਹੋ ਗਈ, ਆ ਚਲੀ ਗਈ, ਸਾਰਾ ਕੁਛ ਤਾਂ ਆਪੇ ਦੱਸ। ਆ ਜਾ ਤੂੰ, ਆ ਜਾ, ਆ ਜਾ, ਆ ਜਾ। ਇੱਧਰ ਵੇ, ਲਾਉਣੇ ਸਵੇਰ ਨੂੰ।
ਸ਼ਰਾਬੀ ਹੋਏ ਫਿਰਦੇ ਜੋ ਇਹਨੂੰ ਸਹਾਰਸਾ ਪਾਣੀ ਪਾ ਕੇ ਉਹ ਫੜੋ ਉਹ ਫੜ ਉਹ ਬਿੱਲਿਆ ਫੜ ਇਹ ਵੇਖੀ ਦਵਾਈ ਆ ਦਵਾਈ ਵੇਖੀ ਕਿੱਡੀ ਛੱਤੀ ਸਾਰਾ ਕੁਝ ਅੰਦਰੋਂ ਆਉਂਦਾ ਚੱਲ ਇਹਨੂੰ ਕਰ ਲੈ ਖਿੱਚ ਖਿੱਚ ਖਿੱਚੋ ਖਿੱਚੋ ਆਈ ਬਿੱਲੇ ਆਇਆ ਮਜ਼ਾ ਮਜ਼ੇ ਦੀ ਤਾਂ ਪਤੰਦਰਾਂ ਨੇਰੀਆਂ ਲੈਂਦੀਆਂ ਕੀ ਬਾਤਾਂ ਪੈਕ ਪਾ ਪੈਕ ਮਜ਼ਾ ਆ ਗਿਆ ਯਾਰ ਅੱਜ ਤਾਂ ਹੋਰ ਹੋਰ ਮਜ਼ਾ ਆ ਚੁੱਕੋ ਜੀ ਪੈਗ ਖਿੱਚੋ 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 ਲਾਓ ਲਾਓ ਦੱਸ ਬਈ ਬਿੱਲੇ ਹੁਣ ਕੀ ਗੱਲ ਸੀ ਦੱਸਣਾ ਨੀ ਚਾਹੁੰਦਾ ਤੂੰ ਦੱਸਣਾ ਤਾਂ ਨਹੀਂ ਚਾਹੁੰਦਾ ਗੱਲ ਇਹ ਸੀ ਮੇਰਾ ਜੋਤੀ ਨਾਲ ਬ੍ਰੇਕਅਪ ਹੋ ਗਏ ਬ੍ਰੇਕਅਪ ਹੋ ਗਿਆ ਲੜ ਪਈ ਤੇਰੇ ਨਾਲ ਹਾਂ ਮੇਰੇ ਨਾਲ ਲੜ ਪਈ ਅੱਜ ਤੂੰ ਸਭ ਕੁਛ ਸੁਣਨਾ ਚਾਹੁੰਦਾ ਜਾਪਦਾ ਮੈਨੂੰ ਦੱਸੂਗਾ ਸੱਚੀ ਗੱਲ ਆ ਝੂਠ ਨੀ ਮੈਂ ਬੋਲਦਾ ਬਿਲਕੁਲ ਸੱਚੀ ਗੱਲ ਆ ਮੇਰੀ ਸਾਰੀ ਪੀਤੀ ਲਾਤੀ ਸਮਝਦੇ ਕੋਈ ਤਾਂ ਸੋਚੀਏ ਬਾਈ ਕੁਝ ਦਰਅਸਲ ਉਹ ਇਹੋ ਜਿਹਾ ਡਾਕਟਰ ਆ ਉੱਥੇ ਨਾ ਦੇ ਬਿਮਾਰੀ ਦੱਸਣ ਦੀ ਲੋੜ ਆ ਅੱਛਾ ਤੇ ਨਾ ਕਿਸੇ ਗੱਲ ਨੀ ਬਸ ਪੈਸੇ ਦੇਣੇ ਆ ਤੇ ਦਵਾਈ ਇਹੋ ਜਿਹਾ ਇਲਾਜ ਕਰੂ ਇਹੋ ਜਿਹਾ ਬਸ ਸਵਰਗਾਂ ਠੀਕ ਕਰ ਚੁੱਕੀ ਆ ਚੱਲ ਫਿਰ ਪੈ ਕੇ ਚੱਲ ਗਿਆ ਰਹਿ ਗਿਆ ਇਹਨੂੰ ਜਿਆਦਾ ਪਾ ਇਹਨੂੰ ਤੇ ਮੇਰੀ ਇੱਕ ਹੋਰ ਗੱਲ ਸੁਣ ਬੋਲ ਹੁਣ ਨੀ ਸੱਚ ਜਾਣਾ
ਆਪਾਂ ਕੱਲ ਜਾਣਾ ਕੱਲ ਹੁਣ ਤੇਰਾ ਪੈਗ ਲੱਗਾ ਵਾ ਉੱਥੇ ਚੱਲੀਏ ਹੁਣ ਨਹੀਂ ਜਾਣਾ ਕੱਲ ਜਾਣਾ ਕੱਲ ਹੁਣ ਤੈਨੂੰ ਘਰੇ ਛੱਡ ਕੇ ਆਉਣਾ ਛੱਡ ਕੱਲ ਘਰੇ ਛੱਡ ਕੇ ਕੱਲ ਪੱਕਾ ਜਾਵਾਂਗੇ ਤਿਆਰ ਹੋ ਸਕੀ ਬਿਲਕੁਲ ਪੱਕਾ ਪੱਕਾ ਚੱਲ ਇਹਨੂੰ ਚੌਕੇ ਛੱਡ ਕੇ ਆਉਣਾ ਪਊਗਾ ਏਦਾਂ ਹੀ ਛੱਡ ਕੇ ਆਉਣਾ ਕੱਲ ਚੱਲ ਪੁੱਟ ਗਏ ਫਿਰ ਵੇਖੀ ਪੱਖਾ ਪੱਖੇ ਨੂੰ ਹੱਥ ਪਾ ਕੇ ਉੱਤਰ ਲੈਂਦੇ ਤੈਨੂੰ ਰਿਸ਼ਤਾ ਦੇ ਕੇ ਕਿਸੇ ਨੇ ਕੁੜੀ ਭੁੱਖੀ ਮਾਰਨੀ ਆ ਤੁਸੀਂ ਤੇ ਗਲਤ ਸਮਝ ਗਏ ਮੈਂ ਆਪਣੇ ਵਾਸਤੇ ਨਹੀਂ ਮੈਂ ਤੇ ਰਿਸ਼ਤਾ ਕਰਾਉਣਾ ਕਿਸੇ ਵਾਸਤੇ
ਅੱਛਾ ਕਿਸੇ ਵਾਸਤੇ ਆ? ਹਾਂਜੀ, ਨਾਲੇ ਸਿਆਣੇ ਕਹਿੰਦੇ ਉਹ ਸਿਰ ਨਾਲ ਸਿਰ ਜੋੜਨਾ ਪੁੰਨ ਵਾਲਾ ਕੰਮ ਹੁੰਦਾ ਵਾ। ਜੇ ਪੁੰਨ ਵਾਲਾ ਕੰਮ ਆ ਤੇ ਮੁੰਡਾ ਖਾਨਦਾਨੀ ਚਾਹੀਦਾ ਵਾ। ਉਹ ਲਾਲ ਜੀ ਤੁਸੀਂ ਫਿਕਰ ਨਾ ਕਰੋ, ਖਾਨਦਾਨੀ ਇੱਕ ਨੰਬਰ ਦਾ ਆਊਗਾ, ਮੁੰਡਾ ਵੀ ਵਧੀਆ ਹੋਊਗਾ, ਉਹਦਾ ਖਾਨਦਾਨ ਵੀ ਵਧੀਆ ਹੋਊਗਾ, ਤੇ ਚੰਗੇ ਵਧੀਆ ਖਾਨਦਾਨ ਦੇ ਵਿੱਚ ਹੋਊਗਾ ਰਿਸ਼ਤਾ। ਜੇ ਵਧੀਆ ਖਾਨਦਾਨ ਦਾ ਹੋਊ ਤੇ ਆਪਣੇ ਕੋਲ ਰਿਸ਼ਤਾ ਵੀ ਹੈਗਾ ਇੱਕ, ਤੇ ਤੈਨੂੰ ਕੱਲ ਹੀ ਦਿਖਾ ਦਾਂਗੇ। ਅੱਛਾ, ਫਿਰ ਕੱਲ ਕਿਉਂ, ਅੱਜ ਨਾ ਚੱਲ ਗਏ? ਅੱਜ ਚੱਲ ਚੱਲਦੇ, ਚਲੋ ਫਿਰ। ਇੱਦਾਂ ਚੱਲ ਗਏ? ਚਲੋ ਆ, ਚਲੋ ਚੱਲ ਗਏ ਆਪਾਂ। ਚਲੋ, ਇਹ ਬੜਾ ਪੁੰਨ ਵਾਲਾ ਕੰਮ ਹੀ। ਜੇ ਫੋਨ ਵਾਲਾ ਤੇ ਫਿਰ ਤੁਰਿਆ ਚੁੱਪ ਕਰਕੇ ਕਰਾ ਦਿੰਦੇ ਆ। ਕਿਸੇ ਨੂੰ ਨੀ ਦੱਸਦਾ ਮੈਂ, ਕਿਸੇ ਨੂੰ ਨੀ। ਲਾਡੇ ਸ਼ਾਹ ਜੀ ਕੀ ਹਾਲ ਜੇ? ਹਾਂਜੀ ਲਾਡੇ ਸ਼ਾਹ ਜੀ, ਅਸੀਂ ਤੁਹਾਡੇ ਕੋਲ ਇੱਕ ਕੰਮ ਆਏ ਆ। ਇਹ ਨਾ ਕੁੜੀਆ ਆਪਣੀ ਦਾ ਰਿਸ਼ਤਾ ਕਰਾਉਂਦਾ ਹੈ, ਤੇ ਖਾਨਦਾਨ ਵੀ ਚੰਗਾ ਤੇ ਮੁੰਡਾ ਵੀ ਚੰਗਾ ਤੇ ਘਰ ਦਾ ਵੀ ਚੰਗਾ ਹੈ। ਆਪਾਂ ਜਿੰਨੀ ਵੀ ਛੇਤੀ ਹੁੰਦੀ ਨਾ ਧੀ ਦੇ ਹੱਥ ਪੀਲੇ ਕਰਕੇ ਤੇ ਆਪਦੇ ਘਰੇ ਕਰਾਈਏ। ਅੱਗੇ ਇਹਨਾਂ ਨੂੰ ਪੁੱਛ ਲਓ ਤੁਸੀਂ। ਬਿਲਕੁਲ ਜੀ, ਜਿਵੇਂ ਲਾਲ ਜੀ ਨੇ ਕਿਹਾ ਨਾ, ਬਿਲਕੁਲ ਓਦਾਂ ਹੀ। ਮੇਰੇ ਕੋਲ ਬਹੁਤ ਵਧੀਆ ਰਿਸ਼ਤਾ ਵਾ, ਬਹੁਤ ਵਧੀਆ ਖਾਨਦਾਨ ਹੈ, ਘਰ ਵੀ ਚੰਗਾ ਵਾ, ਮੁੰਡੇ ਨੂੰ ਜਾਇਦਾਦ ਵੀ ਵਧੀਆ ਆਉਂਦੀ ਆ, ਮੁੰਡਾ ਵੀ ਬਹੁਤ ਵਧੀਆ ਸੋਹਣਾ ਸੁਲੱਖਾ ਜਵਾਨ ਗੱਭਰੂ, ਬਹੁਤ ਵਧੀਆ ਘਰ ਵਾ। ਤੇ ਤੁਸੀਂ ਟਾਈਮ ਨਾ ਪਾਓ ਤੇ ਜਿੰਨੀ ਵੀ ਛੇਤੀ ਹੁੰਦਾ ਤੇ ਕੁੜੀਆਂ ਨੂੰ ਆਪਦੇ ਘਰੇ ਕਰਾਓ। ਉਹ ਲਾਲ ਜੀ, ਉਹ ਮੈਂ ਤਾਂ ਕਹਿੰਦਾ ਅੱਜ ਕੱਲ੍ਹ ਲੋਕੀ ਜਿੰਨੀ ਚੜਾਵਾ ਚੜਾਉਂਦੇ ਆ, ਖਰਚਾ ਵੀ ਨੀ ਲੱਗਦਾ, ਤੇ ਬਸ ਏਦਾਂ ਹੀ ਕਰੋ ਤੁਸੀਂ, ਮਾੜਾ ਜਿਹਾ ਕਰਕੇ ਜਿੰਨੀ ਚੜਾਵਾ ਦੇ ਦੋ ਆਪਦੇ ਘਰੇ ਕੁੜੀ ਨੂੰ। ਜਿੰਨੀ ਚੜਾਵਾ ਕਿਉਂ, ਵਿਆਹ ਕਰਨਗੇ, ਮਹਾਰਾਜ ਨੇ ਬੜਾ ਕੁਝ ਦਿੱਤਾ। ਉਹ ਲਾਲ ਜੀ, ਕਿਹੜੇ ਜਬਾਂ ਚ ਪਾਉਂਦੇ ਹੋ, ਅੱਜ ਕੱਲ ਕਿੱਥੇ ਇੰਨੇ ਖਰਚੇ ਕੌਣ ਕਰਦਾ? ਛੱਡੋ ਖੜਾ, ਉਹ ਜਿੰਨੀ ਚੜਾਵੇ ਹੋਣ ਤੋਂ ਤੁਸੀਂ ਕਿਉਂ ਇਹਨਾਂ ਨੂੰ ਕਹੋ? ਤੁਸੀਂ ਜਿੰਨੀ ਚੜਾਵਾ ਹੀ ਆਪਾਂ ਕਰ ਲਾਂਗੇ, ਪਰ ਕੁੜੀਆਂ ਨੂੰ ਤੇ ਝਾਤੀ ਮਾਰ ਲਓ, ਕੁੜੀਆਂ ਵੇਖੋਗੇ ਤੇ ਫੇਰ ਹੀ ਰਿਸ਼ਤਾ ਕਰਾਓਗੇ ਨਾ। ਗਰੀਬ ਖਾਨਾ, ਤੁਸੀਂ ਬਹੁਤ ਇੱਥੇ
ਇੱਕ ਮਿੰਟ ਖਲੋ ਜਾਓ, ਮੈਂ ਨਾ ਮੁੰਡੇ ਨੂੰ ਬੁਲਾ ਲਾ, ਇੱਥੇ ਬੁਲਾ ਲੈਨੇ ਆ, ਮੈਂ ਇੱਥੇ ਘਰੇ ਬੁਲਾ ਲੈਨੇ ਆ। ਬਿੱਲੇ ਕਿੱਥੇ ਆ ਤੂੰ? ਘਰੇ ਆ, 2 ਮਿੰਟ ਕੰਮ ਆ, ਕੋਈ ਜ਼ਰੂਰੀ ਕੰਮ ਆ ਆਜਾ। ਹਾਂ ਠੀਕ ਹੈ ਠੀਕ, ਚੰਗਾ ਹੀ ਆ, ਤੂੰ ਆਜਾ ਆਜਾ, ਬਸ ਆ ਗਿਆ ਜੀ, 5 ਮਿੰਟ 'ਚ ਆ ਗਿਆ। ਚੰਦੂ ਉਹ ਆ ਜਾ, ਬਿੱਲੇ ਘਰੇ ਆ, ਘਰੇ ਆ। ਚੰਦੂ ਮੁੰਡਾ ਬੱਚੀ ਨੂੰ ਵਰਦਾ ਨਹੀਂ ਗਾ ਲੱਗਦਾ? ਉਹ ਨਹੀਂ ਲਾਲ ਜੀ, ਤੁਹਾਨੂੰ ਭੁਲੇਖਾ ਵਾ, ਅੱਜ ਕੱਲ ਫੈਸ਼ਨ ਹੈ, ਹਰ ਕੋਈ ਚਿੱਟੇ ਜਿਹੇ ਕਰਾਈ ਫਿਰਦਾ, ਕੋਈ ਵਾਲ ਕਰਾਈ ਫਿਰਦਾ ਵਾ, ਕੋਈ ਦਾੜੀਆਂ ਕਰਾਈ ਫਿਰਦਾ, ਫੈਸ਼ਨ ਹੈ। ਤੁਹਾਨੂੰ ਭੁਲੇਖਾ ਵਾ, ਮੁੰਡੇ ਦੀ ਸਾਲ ਦਾ 26 ਸਾਲ ਆ। ਚਲੋ ਚੰਦੂ ਜੀ ਕੋਈ ਗੱਲ ਨੀ, ਲਾਟੀ ਸ਼ਾਹ ਜੀ ਇਹੋ ਮੁੰਡਾ ਜੇ, ਜੋ ਕੁਝ ਵੀ ਇਹੋ ਪੁੱਛੇ। ਉਹ ਲੈਣਾ ਕਿੰਨੇ ਆ? ਕੁਛ ਵੀ ਨਹੀਂ ਲੈਣਾ ਆਪਾਂ, ਦਵਾਨੀ ਦੇਣੀ ਨੀ, ਜਵਾਨੀ ਲੈਣੀ ਨੀ, ਬਸ ਦੋ ਕੱਪੜੇ ਦੀ ਕੁੜੀ ਤੋੜ ਦੋ, ਗੱਲ ਖਤਮ। ਚਲੋ ਮੁੰਡਾ ਠੀਕ ਆ, ਉਹਨਾਂ ਨੂੰ ਤੇ ਆਪਾਂ ਕੱਲ ਹੀ ਕਰ ਦਿੰਦੇ ਸਾਰਾ ਕੁਝ, ਠੀਕ ਹੈ ਲਾਡੀ ਸ਼ਾਹ ਜੀ? ਤੇ ਚਲੋ ਫਿਰ ਆਪਾਂ ਜਾ ਕੇ ਆਪਣੇ ਘਰੇ ਤਿਆਰੀ ਕਰੀਏ, ਆਓ ਚੱਲੀਏ ਤੇ ਮਹਾਰਾਜ ਦਾ ਨਾਂ ਲੈ ਕੇ ਤੇ ਤਿਆਰੀ ਘਰੇ ਕਰੀਏ, ਤਿਆਰੀ ਕਰੋ ਤਿਆਰੀ। ਚੰਦੂ ਇਹ ਵੀ ਚੱਕਰ ਆ, ਮੈਂ ਤਾਂ ਸ਼ਰਮ ਦਾ ਮਾਰਾ ਬੋਲਿਆ ਨੀ, ਚੱਲ ਗਏ ਹੁਣ ਦੱਸ ਇਹ ਮੈਂ ਕੀ ਕੰਮ ਆ, ਕੀ ਚੱਕਰ ਕੀ ਆ? ਉਹ ਤੈਨੂੰ ਕੀ ਦੱਸਾਂ, ਤੇਰਾ ਛਾਪਾ ਕਰਨ ਦਿਆਂ ਵਾ, ਛਾਪਾ ਕਰਨ ਦਿਆਂ, ਤੇਰਾ ਰਿਸ਼ਤਾ ਕਰਵਾਉਣ ਦਿਆਂ ਵਾ, ਤੇਰਾ ਵਿਆਹ ਦੇਖਾਂ, ਉਹ ਵਾ ਜਿਹੜੀ ਲੰਘਦੀ ਜਾਂਦੀ ਹੈ ਅੱਧੀ ਕੁ ਲੰਘੀ ਹੈ, ਰੌਲਾ ਨਹੀਂ ਯਾਰ, ਵਿਆਹ ਵੀ ਹੋ ਜੂਗਾ, ਵਿਆਹ ਤੇ ਹੁਣ ਕਰਾਉਣਾ ਪੈਣਾ, ਹੁਣ ਤੈਨੂੰ ਕਿਸੇ ਘਰ ਦੀ ਕਮੀ ਕਰ ਵੇਖ ਜਿੱਦਾਂ ਤੂੰ ਕਹਿੰਦਾ, ਹੁਣ ਤੈਨੂੰ ਏਡੇ ਵੱਡੇ ਬਾਬੇ ਕੋਲ ਖੜੇ ਆ, ਜਿੱਦਾਂ ਵੀ ਨਹੀਂ ਜਿੱਦਾਂ ਤੂੰ ਰਾਜ਼ੀ ਆ ਨਾ ਚੰਦੂ, ਹਾਂ ਠੀਕ ਹੈ ਨਾ, ਤੇਰਾ ਕੰਮ ਸੈੱਟ ਵਾ ਨਾ, ਠੀਕ ਹੈ ਚੰਦੂ, ਵਧੀਆ ਨਾ, ਬਿਲਕੁਲ ਠੀਕ ਆ, ਜਿੱਦਾਂ ਤੂੰ ਰਾਜ਼ੀ ਆ, ਠੀਕ ਹੈ ਚੱਲ ਗਿਆ, ਚਲੋ ਜਮਾ ਫਿਰ ਮੈਂ ਵੀ, ਹਾਂ ਫਿਰ ਤਿਆਰੀ ਕਰਦੀ, ਮਾਂ ਪਿਓ ਨੂੰ ਦੱਸਣ ਦੀ ਲੋੜ ਹੈਗੀ? ਨਹੀਂ ਲੋੜ ਜੇ, ਆਪਾਂ ਫੋਨ ਕਰ ਦਾਂਗੇ ਉਹਨਾਂ ਨੂੰ, ਮਾਂ ਪਿਓ ਨੂੰ ਫੋਨ ਕਰ ਦਾਂਗੇ, ਹੋਣੀ ਨਹੀਂ ਕੁੜੀ ਹੋਣਾ ਤੇ ਪੈਣਾ ਹੀ ਆ, ਘਰ ਦੇ ਨਾਲ, ਠੀਕ ਹੈ ਚਲੋ ਵਿਖਾ ਦਿੱਤੇ, ਵਿਖਾ ਦਿੰਦੇ ਕੁੜੀ ਵਿਖਾ, ਜਿੱਦਾਂ ਤੂੰ ਕਹਿੰਦਾ ਯਾਰ, ਮੈਂ ਕੁੜੀ ਵਿਖਾਉਣੀ ਨੀ ਗੀ, ਉਹਨਾਂ ਨੇ ਸਾਰੀ ਗੱਲ ਕਰ ਲਈ ਆ, ਬਸ ਚਿੰਨੀ ਚੜਾਵਾ ਕਰਕੇ ਆਓ, ਧੱਬੇ ਠੀਕ ਆ, ਮੈਂ ਤਾਂ ਕੰਮ ਨਹੀਂ ਪੜਿਆ, ਚੱਲ ਗੱਲ ਸੁਣ ਲੈ ਫਿਰ, ਏਦਾਂ ਨਹੀਂ ਹੋਣਾ, ਆਹ ਲੱਗਣੀ ਮੈਂ ਉਹਨਾਂ ਨਾਲ ਗੱਲ ਕੀਤੀ ਆ, ਇਹ ਤੈਨੂੰ ਮੇਰਾ ਪਤਾ ਹੀ ਆ, ਉਹ ਨਹੀਂ ਮੈਂ ਪੂਰੇ 1.5 ਲੱਖ 'ਚ ਗੱਲ ਕੀਤੀ ਆ, ਕੁੜੀ ਵੇਖੇਂਗਾ ਨਾ ਤੂੰ, ਤੂੰ ਥਾਂ ਡਿੱਗ ਪੈਣਾ, ਇੰਨੀ ਸੋਹਣੀ ਆ, ਹੋਰ ਆ ਹੋਰ ਪਰੀਆਂ ਦੀ ਰਾਣੀ ਆ, 1.5 ਲੱਖ ਕੀ ਆ ਨਾ ਪੈਸਾ, ਤੈਨੂੰ ਪਤਾ ਬਹੁਤ ਹੈ ਮੇਰੇ ਕੋਲ, ਉਹ ਮੈਂ ਤੇ ਕੁੜੀ ਵੇਖ ਕੇ ਆਪ ਵੀ ਹੋਸ਼ ਹੋ ਲਿਸ਼ਨੇ ਹੋ ਚੱਲੇ ਹਾਂ, ਤੂੰ ਕਿਉਂ ਇੰਨੀ ਸੋਹਣੀ ਕੁੜੀ, ਮੈਂ ਪਟਾਕਾ ਪਟਾਕਾ, ਉਹ ਚੱਲ ਚੱਲ ਤੂੰ ਗੱਲ ਤੋਰ, ਬਹੁਤੇ ਦਲਾਣਾ ਕਰ ਕਰਨਾ, ਤੂੰ 1.5 ਲੱਖ ਤਿਆਰ ਕਰ, ਤਿਆਰ ਹੈ 1.5 ਲੱਖ ਦੀ ਗੱਲ ਤੋਰ, ਚੱਲ ਚੱਲ ਜੀ, ਗੱਲ ਤੁਰ ਗਈ ਆ, ਮੈਂ ਸਾਰੀ ਗੱਲਬਾਤ ਕੀਤੀ ਦੇਣੀ ਤੈਨੂੰ ਪਹਿਲੇ।
ਬਾਪੂ ਜੀ ਉਹ ਬੱਲੇ ਬੱਲੇ ਤੇਰਾ ਬਿੱਲਾ ਪੁੱਤ ਹੋਇਆ ਪੁੱਤਰਾ। ਸਤਿ ਸ੍ਰੀ ਅਕਾਲ ਬਾਪੂ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਹਾਲ ਜੀ? ਠੀਕ ਠਾਕ ਆ। ਓਏ ਆ ਕੀ ਬੜਿਆ ਬਣਾਇਆ ਤੂੰ? ਮੈਨੂੰ ਪੁੱਤ ਅਸੀਂ ਤੇਰੇ ਦੁਖੀ ਹਾਂ। ਸਾਨੂੰ ਵੀ ਬਹਾਦਰ ਇਹਨੂੰ ਆਪਣੀ ਧੀ ਰਾਣੀ ਪੂਰੀਆਂ ਰੀਝਾਂ ਕਰਦੇ ਸਗਨ ਕਰਦੇ। ਇਹੋ ਜੀ ਗੱਲ ਕੋਈ ਨੀ ਬਾਪੂ ਜੀ, ਗੱਲ ਹੀ ਕੋਈ ਏਦਾਂ ਹੋ ਗਈ ਆ। ਮੈਂ ਫਿਰ ਸੋਚਿਆ ਵੀ ਤੁਹਾਨੂੰ ਨਾ ਸਰਪ੍ਰਾਈਜ਼ ਦੇਵਾ। ਹਾਂਜੀ ਸਰਪ੍ਰਾਈਜ਼। ਹਾਂਜੀ ਕਸ਼ਮੀਰ ਕੁਰੇ। ਓ ਕਸ਼ਮੀਰ ਕੁਰੇ ਆਈ ਬੇਬੇ ਆਪਣੇ ਘਰ ਸਰਪ੍ਰਾਈਜ਼ ਆਈ। ਹਾਂਜੀ ਆਈ। ਕਿਹੜਾ ਸਰਪ੍ਰਾਈਜ਼ ਆ ਗਿਆ? ਮੇਰਾ ਬਿੱਲਾ ਪੁੱਤ ਵਿਆਹ ਕਰਾ ਕੇ ਆਇਆ ਹੈ। ਬਹੁਤ ਸੋਹਣੀ ਵਹੁਟੀ ਆ, ਸਾਡਾ ਤਾਂ ਦਿਲ ਖੁਸ਼ ਕਰ ਦਿੱਤਾ। ਕਿਉਂ ਜੀ, ਕਿੱਦਾਂ ਦਿਲ ਖੁਸ਼ ਕੀਤਾ ਸਾਡਾ? ਹੁਣ ਗੱਲਾਂ ਘੱਟ ਕਰੋ ਤੇ ਇਹਨਾਂ ਨੂੰ ਅੰਦਰ ਲੈ ਜਾਓ ਤੇ ਜਾ ਕੇ ਪੂਰੇ ਸਗਨ ਕਰੋ। ਤੁਸੀਂ ਖੋਲ ਜੇ ਨਾ। ਮੈਂ ਤਾਂ ਕੋਈ ਕੋਈ ਆ। ਅੱਛਾ ਅੱਛਾ ਵਾਹਿਗੁਰੂ, ਮੇਰ ਕੀਤੀ ਤੁਹਾਡੇ ਤੇ ਤੇਰਾ ਬਹੁਤ ਬਹੁਤ ਧੰਨਵਾਦ। ਸੱਚੇ ਪਾਤਸ਼ਾਹ ਤੇਰਾ ਬਹੁਤ ਬਹੁਤ ਧੰਨਵਾਦ। ਇਹਨਾਂ ਲੈ ਜਾਓ ਹੁਣ। ਖੁਸ਼ੀ ਪੂਰੀ ਹੋ ਗਈ। ਬੱਲੇ ਬੱਲੇ ਬੱਲੇ
ਅਮਨ ਪੁੱਤ। ਹਾਂਜੀ ਮੰਮੀ ਜੀ। ਕੀ ਕਰਨ ਗਈ ਹੈ ਤੂੰ? ਕੁਛ ਨਹੀਂ ਮੰਮੀ ਜੀ। ਤੇਰੇ ਨਵਾਂ ਨਾਲ ਵਿਆਹ ਹੋਇਆ ਹੈ, ਅਜੇ ਕੰਮ ਕਰਦੀ ਲੋੜ ਨਹੀਂ, ਅਜੇ ਮੈਂ ਕਰਦੀ ਹਾਂ। ਉਹ ਕੋਈ ਗੱਲ ਨਹੀਂ ਮੰਮੀ ਜੀ, ਤੁਸੀਂ ਕਰਦੇ ਰਹੋ ਸਾਰਾ ਕੰਮ, ਹੁਣ ਮੈਂ ਆ ਗਈ ਹਾਂ ਨਾ, ਹੁਣ ਸਾਰਾ ਕੰਮ ਮੈਂ ਕਰਾਂਗੀ। ਪੁੱਤ ਕੋਈ ਨਹੀਂ, ਅਜੇ ਤੂੰ ਬਹਿ, ਤੁਸੀਂ ਆਰਾਮ ਕਰੋ, ਹੁਣ ਸਾਰਾ ਕੰਮ ਮੈਂ ਕਰਾਂਗੀ। ਜਾਓ ਤੁਸੀਂ, ਮੈਂ ਚਾਹ ਬਣਾ ਕੇ ਲਿਆਉਂਦੀ ਹਾਂ, ਜਾਓ। ਮੈਨੂੰ ਬਹੁਤ ਚੰਗੀ ਹੈ, ਬਹੁਤ ਚੰਗੀ ਮੈਨੂੰ। ਅਮਨ, ਅਮਨ। ਹਾਂਜੀ ਬਾਪੂ ਜੀ। ਮੈਨੂੰ ਲੱਗਦਾ ਬਿੱਲੇ ਦੇ ਲੱਛਣ ਮਾੜੇ ਆ, ਤੂੰ ਨੋਟ ਕੀਤਾ? ਹਾਂਜੀ ਬਾਪੂ ਜੀ, ਮੈਨੂੰ ਵੀ ਕੁਝ ਗਲਤ ਲੱਗਣ ਦਿਆ ਹੈ। ਉਹ ਨਾ ਜਦੋਂ ਵੀ ਜਾਂਦੇ ਘਰੋਂ, ਜਾਂ ਤੇ ਕੁਝ ਪੈਸੇ ਲੈ ਕੇ ਜਾਂਦੇ ਜਾਂ ਫਿਰ ਕੋਈ ਚੀਜ਼ ਲੈ ਜਾਂਦੇ। ਮੈਂ ਪੁੱਛਦੀ ਤੇ ਕੁਝ ਦੱਸਦੇ ਵੀ ਨੀ ਗੇ। ਇਹਦੀ ਕਿਸੇ ਪਿੰਡ ਦੇ ਮੁੰਡੇ ਨਾਲ ਖਾਸ ਯਾਰੀ ਹੋਣੀ। ਚੰਦੂ ਨੇ ਤਾਂ ਮੈਨੂੰ ਪੱਕਾ ਪਤਾ ਚੰਦੂ ਨੇ ਦੀ ਗੱਲ। ਹਾਂਜੀ ਬਾਪੂ ਜੀ, ਮੈਂ ਖੁਦ ਦੇਖਿਆ ਆਉਂਦਾ ਤੇ ਕਰ ਦਿੰਦਾ। ਹਾਂਜੀ ਬਾਪੂ ਜੀ, ਮੈਨੂੰ ਪੁੱਤ ਮੇਰੀ ਗੱਲ ਸੁਣ। ਹਾਂਜੀ ਦੱਸੋ। ਆਪਣੇ ਪਿੰਡ ਦਾ ਮੁੰਡਾ ਚੰਦੂ, ਉਹਦੇ ਆਪਣੀਆਂ ਸ਼ਿਕਾਇਤਾਂ ਆਈਆਂ ਹੋਈਆਂ, ਤੇ ਮੈਨੂੰ ਪਤਾ ਲੱਗਾ ਵੀ ਤੇਰੀ ਉਹਨਾਂ ਜਾ ਰਹੀ ਆ। ਅਮਨ ਨੇ ਤੈਨੂੰ ਵੇਖਿਆ ਉਹਦੇ ਨਾਲ,
ਉਹਦਾ ਖੜਾ ਛੱਡਦੇ ਐਵੇਂ ਬਕਵਾਸ ਕਰਦੀ ਹੈ ਭਲਾ ਦੱਸੋ ਚੰਦੂ ਨੂੰ ਮੇਰਾ ਕੀ ਲੈਣਾ ਦੇਣਾ ਵਾ ਬੜਾ ਕੋ ਪਾਣੀ ਆ ਠੰਡਾ ਪਾਣੀ ਲੈ ਗਿਆ ਜਾ ਕੇ ਕਿੱਥੋਂ ਲੈ ਗਿਆ ਬਕਵਾਸ ਨਾ ਕਰ ਮੇਰੇ ਨਾਲ ਜਾ ਪੈਸੇ ਦੇ ਟੋਟ ਵੱਜਣ ਦੀ ਆ ਤਾਂ ਮੈਂ ਕਿੱਥੋਂ ਪੈਸੇ ਦੇਵਾਂ ਲੈ ਲੈਣਾ ਮੈਂ ਆਪ ਹੀ ਲੈ ਲੈ
ਗੰਗੂ ਸਿਕਾ ਬਾਪੂ ਜੀ ਆ ਵੀ ਬਿੱਲੇ ਬੈ ਜਾ ਅਭੀ ਬਿੱਲੇ ਕਿਵੇਂ ਹੋਣਾ ਹੋਇਆ ਮੈਂ ਤਾਂ ਰਿਹਾ ਕੰਮ ਆਇਆ ਦੱਸ ਨਾ ਮੈਂ ਨਸ਼ੇ ਛੱਡਣਾ ਚਾਹੁੰਦਾ ਵਾਂ ਤੇ ਮੈਨੂੰ ਨਸ਼ੇ ਲਾਤਾਂ ਨੂੰ ਪਰ ਬਹੁਤ ਜ਼ਿਆਦਾ ਲੱਗ ਗਈ ਤਾਂ ਮੈਨੂੰ ਤਾਂ ਸਮਝਾਇਆ ਸੀ ਪਰ ਤੁਹਾਡੇ ਕੋਲ ਮੈਨੂੰ ਸਰਦਾ ਨਹੀਂ ਮੈਂ ਹੁਣ ਹਸਪਤਾਲ ਜਾਣਾ ਚਾਹੁੰਦਾ ਵਾਂ ਮੈਂ ਆਪਣਾ ਇਲਾਜ ਕਰਵਾਉਣਾ ਚਾਹੁੰਦਾ ਵਾਂ ਮੈਨੂੰ 500-700 ਰੁਪਏ ਲੋੜ ਦੇ ਦੇ ਦਿਓ ਹਾਂਜੀ ਬਾਪੂ ਸਤਿ ਸ਼੍ਰੀ ਅਕਾਲ ਪੰਜ ਸੱਤ ਹਜ਼ਾਰ ਵੀ ਦੇਣ ਤਿਆਰ ਬਸ ਇੱਕੋ ਸ਼ਰਤ ਨਸ਼ੇ ਛੱਡ ਠੀਕ ਹੈ ਬਾਪੂ ਜੀ ਮੈਂ ਤੁਹਾਡਾ ਬਚਨ ਮੰਨਾਂ ਨਸ਼ੇ ਛੱਡ ਦਾਂਗਾ ਠੀਕ ਹੈ ਫਿਰ ਠੀਕ ਹੈ ਬਾਪੂ ਜੀ ਜਦੋਂ ਵੀ ਮਿਲਣਾ ਨਸ਼ੇ ਤੋਂ ਬਿਲਕੁਲ ਜੀ ਬਿਲਕੁਲ ਠੀਕ ਚੰਗਾ ਠੀਕ ਹੈ ਬਾਪੂ ਜੀ ਬਿਲਕੁਲ ਪਤਾ ਨਹੀਂ ਕਦੋਂ ਸਰਪੰਚ ਤੋਂ ਕੰਮ ਆ ਗਿਆ
ਅਗਲੇ ਸਰਪੰਚ ਨੂੰ ਜਾਂ ਮਾਲ ਲੈ ਕੇ ਆਣ ਦੋ। ਅੱਛਾ ਇੱਕ ਮਿੰਟ ਇੱਕ ਮਿੰਟ ਹਿਸਾਬ ਉਹ ਯਾਰ ਹਿਸਾਬ ਤਾਂ ਪੂਰੇ ਹੀ ਆ, ਨਾ ਟੈਨਸ਼ਨ ਲੈ ਨਾ ਟੈਨਸ਼ਨ ਲਿਆ ਕਰ। ਮੇਰੀ ਗੱਲ ਸੁਣ, ਬੰਦੇ ਮੇਰੇ ਉੱਥੇ ਬੈਠੇ ਆ ਨਹਿਰ ਵਾਲੇ ਪੁਲ ਤੇ, ਤੇ ਤੂੰ ਉਹਨਾਂ ਕੋਲ ਚੱਲ ਜਾ। ਮੈਂ ਉੱਥੇ ਜਾਵਾਂ ਹੁਣ? ਹਾਂ ਮਾਲ ਸਾਰਾ ਕੁਝ ਉੱਥੇ ਆ। ਠੀਕ ਆ ਠੀਕ ਆ, ਤੇ ਮੈਂ ਬਾਕੀ ਕੋਈ ਨਹਿਰ ਵਾਲੇ ਪੁਲ ਤੇ ਉੱਥੇ। ਹਾਂ ਨਹਿਰ ਵਾਲੇ ਪੁਲ ਤੇ ਚੱਲ ਜਾ, ਉੱਥੇ ਸਭ ਕੁਝ। ਮੈਂ ਚੱਲੇ ਬੰਦੇ ਮੇਰੇ ਉੱਥੇ ਬੈਠੇ ਆ ਤੇਰਾ ਇੰਤਜ਼ਾਰ ਕਰਦੇ। ਠੀਕ ਆ, ਫੋਨ ਲਾ ਦੇ ਨਹੀਂ ਦੇ। ਨਹੀਂ ਨਹੀਂ ਲੋੜ ਆ। ਠੀਕ ਬਾਈ ਚੱਲ, ਐਸ਼ ਕਰ ਐਸ਼। ਠੀਕ ਐਸ਼ ਕਰ। ਮੈਂ ਫੇਸਬੁੱਕ ਦਾ ਬੇਕੂਫਰ ਨਹਾਉਣਾ ਨੀ ਮੈਂ, ਆਪਣਾ ਨਹਾਉਣ ਹੋ ਜਾਣਾ ਵਾ। ਕਿੱਦਾਂ ਉਹ ਕਿੱਦਾਂ? ਉਹ ਜੇ ਕਿਸੇ ਨੂੰ ਪਤਾ ਲੱਗ ਗਿਆ ਤੇ ਪੁੱਛਣੇ ਤੇ ਆਪਣੇ ਤੇ ਸ਼ੱਕ ਕਰਨਾ ਵੀ ਇਹ ਇਕੱਠੇ ਰਹਿੰਦੇ। ਹਾਂ ਠੀਕ, ਲੋ ਜੋ ਤੁਸੀਂ ਇਦਾਂ ਕਰੋ, ਨਹਿਰ ਵਗਦੀ ਆ ਉਹਦਾ ਨਹਿਰ ਚ ਕੰਮ ਕਰ ਦੋ। ਉਸਤਾਦ ਆਪਾਂ ਨੂੰ ਡਰ ਤਾਂ ਨਹੀਂ ਕੋਈ? ਉਹ ਆਪਾਂ ਨੂੰ ਡਰ ਕਾਹਦਾ, ਉਹ ਜਦੋਂ ਵਾਸ਼ ਨਹੀਂ ਰਿਹਾ ਤੇ ਕਿੱਥੋਂ ਬਚਣਗੇ ਬੌਸਰੀਆਂ? ਇਹ ਤਾਂ ਗੱਲ ਸਾਰੇ ਡਰ ਜਾਣਾ ਤੇ ਤੂੰ ਸੰਭਾਲ ਲਈ ਹੋਣਾ। ਆ ਕੋਈ ਨਹੀਂ, ਤੁਸੀਂ ਉਹਦਾ ਕੰਮ ਕਰੋ। ਹੋਰ ਗਾ ਸਮਝੋ, ਹਾਂ ਛੋਟਾ ਨਾ ਬਕਵਾਸ ਨੀ, ਮੈਂ ਨਾ ਆਪਣੀਆਂ ਅੱਖਾਂ ਨਾਲ ਵੇਖਿਆ ਵਾ। ਹਾਂ ਟੀ ਸ਼ਰਟ ਪਾਈ ਉਹਨੇ, ਸੰਤਰੇ ਰੰਗ ਦੀ ਟੀ ਸ਼ਰਟ ਪਾਈ ਤੇ ਨਹਿਰ ਚ ਰੁੜਿਆ ਜਾਂਦਾ। ਰੁੜ ਗਿਆ ਬਿੱਲੂ, ਮੈਂ ਨਾ ਆਪਣੀਆਂ ਅੱਖਾਂ ਨਾਲ ਵੇਖਿਆ ਵਾ। ਹੌਸਲਾ ਕਰੋ, ਕੋਈ ਨੀ ਹੌਸਲਾ ਰੱਖੋ। ਸਾਨੂੰ ਬੁੱਢੇ ਬਾਰੇ ਕਿੱਥੇ ਸੁੱਟ ਗਿਆ ਏ, ਹੱਸਦਾ ਸਾਨੂੰ ਮੁੰਡਾ ਨੀ ਬਾਜ ਆਇਆ। ਬੜਾ ਕਹਿ ਮੈਨੂੰ ਵੀ ਇਹਦਾ ਖੜਾ ਛੱਡ ਦੇ।
ਬਾਪੂ ਜੀ ਚੁੱਪ ਕਰੋ ਤੁਸੀਂ, ਮੈਂ ਇਸ ਗੱਲ ਦਾ ਅਫਸੋਸ ਨਹੀਂ ਕਰਨਾ, ਹੁਣ ਮੈਂ ਇਸ ਦਾ ਬਦਲਾ ਲਵਾਂਗੀ, ਮੈਂ ਉਹਨਾਂ ਨੂੰ ਸਬਕ ਸਿਖਾ ਕੇ ਰਵਾਂਗੀ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਸਭ ਕੁਝ ਹੋਇਆ ਹੈ। ਮੈਨੂੰ ਪਤਾ ਹੈ ਕਿ ਇਹ ਸਭ ਕੁਝ ਨਸ਼ੇ ਦੇ ਕਾਰਨ ਹੋਇਆ ਹੈ ਤੇ ਮੈਂ ਉਹਨਾਂ ਨੂੰ ਨਸ਼ੇ ਦੇ ਸੌਦਾਗਰਾਂ ਨੂੰ ਛੱਡਾਂਗੀ ਨਹੀਂ, ਮੈਂ ਉਹਨਾਂ ਨੂੰ ਸਬਕ ਸਿਖਾ ਕੇ ਰਵਾਂਗੀ। ਡੀ ਐਸ ਪੀ ਨੂੰ ਫੋਨ, ਸਰਪੰਚ ਸਾਹਿਬ ਕਰਨ ਨੂੰ ਤਾਂ ਹੀ ਬੜਾ ਕੋਈ ਕਰ ਸਕਦੇ ਹਾਂ।
ਪਰ ਅਸੀਂ ਕਾਨੂੰਨ ਹੱਥਾਂ 'ਚ ਲੈਣਾ ਚਾਹੁੰਦੇ। ਤੁਸੀਂ ਪਿੰਡ ਦੇ ਸਰਪੰਚ ਹੋ, ਤੁਸੀਂ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਕੰਮ ਕਰੋ। ਕਰ ਲਿਆ ਜਸ ਪੀ ਸਾਹਿਬ। ਹਾਂ ਸਰਪੰਚ ਬੋਲ ਰਿਹਾ, ਮੈਂ ਹੁਣੇ ਤੁਹਾਨੂੰ ਇੱਕ ਵੀਡੀਓ ਭੇਜਦਾ, ਉਹਨੂੰ ਜ਼ਰਾ ਦੇਖੋ ਅਤੇ ਜੋ ਵੀ ਹੋ ਸਕਦਾ ਉਹਦੇ 'ਤੇ ਕਾਰਵਾਈ ਕਰੋ। ਸਤਿ ਸ਼੍ਰੀ ਅਕਾਲ। ਸਰ ਗੱਡੀ ਰੋਕੀ ਸਾਹਿਬ ਦਾ ਫੋਨ ਆਇਆ ਜੀ। ਸਤਿ ਸ਼੍ਰੀ ਅਕਾਲ ਸਰ। ਠੀਕ ਹੈ ਸਰ, ਠੀਕ ਹੈ ਜੀ, ਇਨਫੋਰਮੇਸ਼ਨ ਪੱਕੀ ਹੈ ਨਾ ਜੀ। ਠੀਕ ਹੈ ਸਰ, ਮੈਂ ਹੁਣੇ ਜਾਂਦਾ ਜੀ। ਸਰ ਮੈਂ ਤਾਂ ਕੱਢ ਦੂੰਗਾ ਚੰਡ, ਤੁਹਾਨੂੰ ਤਾਂ ਪਤਾ ਹੀ ਆ, ਮੰਡ 'ਤੇ ਕੱਢ ਦਿੰਦਾ ਚੰਡ। ਠੀਕ ਹੈ ਸਰ। ਹੈਲੋ, ਹਾਂ ਮੁੰਸ਼ੀ ਕਿੱਥੇ ਆ? ਥਾਣੇ ਹੀ ਆ। ਚੱਲ ਠੀਕ ਆ, ਇੱਦਾਂ ਕਰ ਮਿੰਟੋ ਮਿੰਟੀ ਸਾਰੀ ਫੋਰਸ ਤਿਆਰ ਕਰ ਦੇ, ਹੁਣੇ ਰੇਡ 'ਤੇ ਜਾਣਾ, ਡਿਪਟੀ ਸਾਹਿਬ ਦਾ ਫੋਨ ਆਇਆ, ਮੈਂ ਵੀ ਪਹੁੰਚ ਰਿਹਾ, ਬਸ ਤਿਆਰ ਕਰਦੇ ਮਿੰਟੋ ਮਿੰਟੀ ਮੈਂ ਆ ਗਿਆ। ਠੀਕ ਆ, ਓਕੇ।
Thank you.
ਬੰਦੇ ਦਾ ਪੁੱਤ ਬਣ ਕੇ ਰਲਾ ਨੂੰ ਸੁਣਦੇ ਬਾਹਰ ਹੱਥ ਖੜੇ ਕਰਕੇ ਹੱਥ ਖੜੇ ਕਰ ਖੇਤੀ ਬਾਗ ਉਹ ਟਿਮੇ ਮਾਲ ਲੈ ਗਿਆ ਬੜੀਆਂ ਜਿੰਦਗੀਆਂ ਬਰਬਾਦ ਕੀਤੀਆਂ। ਮੈਂ ਸਾਰਿਆਂ ਤੋਂ ਮਾਫ਼ੀ ਮੰਗਦਾ ਤੁਹਾਡੇ ਤੋਂ ਵੀ ਤੇ ਪਿੰਡ ਵਾਲਿਆਂ ਤੋਂ। ਪਰ ਤੇਰੀ ਮਾਫ਼ੀ ਨਾਲ ਸਾਰਾ ਪਿੰਡ ਮਾਫ਼ ਨਹੀਂ ਹੋ ਜਾਣਾ, ਸਾਰਾ ਪੰਜਾਬ ਮਾਫ਼ ਨਹੀਂ ਹੋ ਜਾਣਾ ਜਿਨ੍ਹਾਂ ਨੇ ਨਸ਼ਿਆਂ ਤੇ ਲਾਇਆ ਲੋਕਾਂ ਨੂੰ। ਚਲੋ ਲੈ ਚਲੋ ਜੋ ਪਏ ਨੂੰ ਫੜ ਕੇ ਇੱਥੇ ਚਲੋ ਇਹਨੂੰ ਛੁੱਟੋ ਅੰਦਰ ਡਾਕਟਰ ਸਾਹਿਬ ਤੁਹਾਡਾ ਬੜੀ ਮਿਹਰਬਾਨੀ ਆ। ਵੇਖੋ ਸਰਪੰਚ ਸਾਹਿਬ, ਜੇ ਤੁਸੀਂ ਸਾਡਾ ਸਹਿਯੋਗ ਦਿੱਤਾ ਤੇ ਅਸੀਂ ਵੀ ਪੂਰੀ ਕੋਸ਼ਿਸ਼ ਕੀਤੀ ਹੈ। ਸਾਡੀ ਪੰਜਾਬ ਪੁਲਿਸ ਦੀ, ਪੰਜਾਬ ਸਰਕਾਰ ਦੀ, ਸਾਡੇ ਡੀ ਜੀ ਪੀ ਸਾਹਿਬ ਦੀ ਇਹ ਕੋਸ਼ਿਸ਼ ਹੈ ਕਿ ਅਸੀਂ ਸਾਰੇ ਪੰਜਾਬ 'ਚੋਂ ਨਸ਼ੇ ਖਤਮ ਕਰੀਏ ਅਤੇ ਅਸੀਂ ਤੁਹਾਡੇ ਨਾਲ ਹਾਂ। ਜੇਕਰ ਨਾਲ ਦੇ ਪਿੰਡਾਂ ਦੇ ਵਿੱਚ ਵੀ ਕੋਈ ਨਸ਼ਾ ਕਰਦਾ ਹੈ ਤਾਂ ਸਾਨੂੰ ਦੱਸੋ, ਅਸੀਂ ਜ਼ਰੂਰ ਉੱਥੇ ਰੇਡਾਂ ਕਰਾਂਗੇ। ਰੇਡਾਂ ਕਰਕੇ ਅਤੇ ਅਸੀਂ ਉਹਨਾਂ ਨੂੰ ਮੁੰਡਿਆਂ ਨੂੰ ਫੜ ਕੇ ਸਿੱਧੇ ਰਾਹ ਪਾਵਾਂਗੇ ਅਤੇ ਇਸੇ ਤਰ੍ਹਾਂ ਹੀ ਆਪਾਂ ਨਸ਼ਾ ਮੁਕਤ ਕਰਾਂਗੇ। ਪੰਜਾਬ ਖੁਸ਼ਹਾਲ ਹੋਊਗਾ, ਨਸ਼ਾ ਮੁਕਤ ਹੋਊਗਾ ਅਤੇ ਨਾ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਪਊਗੀ। ਇੱਥੇ ਉਹ ਮਿਹਨਤ ਕਰਨਗੇ ਅਤੇ ਖੁਸ਼ੀਆਂ ਮੰਨਣਗੇ। ਅਸੀਂ ਤੁਹਾਡੇ ਨਾਲ ਹਾਂ, ਸਾਨੂੰ ਮਾਣ ਹੈ ਤੁਹਾਡੇ ਅਤੇ ਤੁਹਾਡੇ ਵਰਗੇ ਸਰਪੰਚਾਂ 'ਤੇ। ਅੱਛਾ ਸਰਪੰਚ ਸਾਹਿਬ, ਤੁਹਾਡੀ ਮਿਹਰਬਾਨੀ। ਜੇ ਤੁਹਾਡੇ ਵਰਗੇ ਚੰਗੇ ਸਰਪੰਚ ਪਿੰਡਾਂ 'ਚ ਹੋਣ, ਇਹੋ ਜਿਹਾ ਗੰਦ ਮਹੀਨੇ 'ਚ ਮੁੱਕ ਸਕਦਾ, ਠੀਕ ਨਹੀਂ? ਜਦੋਂ ਤੁਸੀਂ ਰਿਪੋਰਟ ਦਿੱਤੀ ਤਾਂ ਫੜ ਕੇ ਲੈਣ ਦੇ ਸਾਨੂੰ, ਹੁਣ ਜਦੋਂ ਕੋਈ ਦੱਸੂ ਨਾ ਪੁਲਿਸ ਨੂੰ ਕਿਹੜਾ ਪਤਾ ਲੱਗਦਾ ਕੀ ਕਰਨਾ ਅਤੇ ਕੀ ਨਹੀਂ। ਅਤੇ ਤੁਹਾਡਾ ਵੀ ਧੰਨਵਾਦ ਸਾਰਾ ਪਿੰਡ ਵਾਲਿਆਂ ਦਾ, ਅਤੇ ਸਾਡੀ ਜਿਹੜੀ ਡਿਊਟੀ ਉਹ ਤਾਂ ਇਹਨੂੰ ਪਾਉਣੀ ਨਹੀਂ ਪਾਉਣੀ ਆ। ਅਤੇ ਚੰਗਾ ਸਰਪੰਚ ਸਾਹਿਬ, ਚਲੋ ਗੱਡੀ ਸਟਾਰਟ ਕਰ। ਚਲੋ ਸਰ ਛੁੱਟ ਗਏ, ਲੈ ਚੱਲੀਏ ਜੂਠਾ ਨੂੰ ਉੱਥੇ ਟਾਣੇ ਸੁੱਟੀਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਬਹੁਤ ਭਾਗਾਂ ਵਾਲਾ ਦਿਨ ਹੈ ਕਿ ਮਿਰਜ਼ਾ ਅੱਠਵਾਲ ਅੱਠਵਾਲ ਮਤਲਬ ਸਾਡੇ ਘਰ ਸ਼ੂਟਿੰਗ ਕਰਨ ਵਾਸਤੇ ਆਏ ਆ। ਨਸ਼ਿਆਂ ਦੇ ਖਿਲਾਫ਼ ਇੱਕ ਫਿਲਮ ਬਣਾ ਰਹੇ ਜੀ, ਨਸ਼ੇ ਦੀ ਅੱਗ, ਅਤੇ ਅੱਜ ਉਹਦਾ ਸ਼ੂਟ ਇੱਥੇ ਭੁੱਲਰ ਪਿੰਡ 'ਚ ਕੀਤਾ ਗਿਆ ਵਾ। ਚਾਰ ਪੰਜ ਸੀਨ ਇੱਥੇ ਕੀਤੇ ਆ, ਔਰ ਮੇਰੇ ਵੱਲੋਂ ਸ਼ੁਭਕਾਮਨਾਵਾਂ ਜੀ, ਤਾਂ ਕਿ ਅੱਠਵਾਲ ਦੀ ਫਿਲਮ ਜਿਹੜੀ ਆ, ਜਿਹੜੇ ਮੈਸੇਜ ਨੂੰ ਲੈ ਕੇ ਇਹ ਚੱਲੇ ਆ, ਉਹ ਸਾਰੇ ਘਰ ਘਰ ਪਹੁੰਚੇ। ਬੈਸਟ ਵਿਸ਼ਿਜ਼, ਥੈਂਕ ਯੂ। ਪ੍ਰੈਜੈਂਟ ਬਾਏ ਸਵੀਟ ਰਿਕਾਰਡ ਐਂਡ ਰਵਿੰਦਰ ਜੰਡਵਾਲੀਆ। ਆਡੀਓ ਵੀਡੀਓ ਰਿਲੀਜ਼ ਕਰਵਾਉਣ ਲਈ ਸੰਪਰਕ ਕਰੋ